ਕਬੱਡੀ ਮੈਚ ਦਾ ਅਗਲੀ ਗੱਲ ਸਾਡੇ ਉਸਤਾਦ ਦੇ ਮੋਹਤਰਮ ਮੁਹੰਮਦ ਤੈਬ ਗਲਾਨੀ ਸਾਹਿਬ ਜੀ ਜੀ ਕਲੀਮ ਜੱਟ ਦੀ ਪਈ ਹੋਈ ਕਬੱਡੀ ਜਾਫਰ ਲੱਗਿਆ ਅਗਿਓ ਖੁੱਚ ਖਿੱਚੀ ਹੋਈ ਆ ਖੁੱਚ ਖਿੱਚਣੀ ਨਾਲੇ ਲਾਣੀ ਢਾਕ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਆਂਦੇ ਸਾਰੇ ਖਾ ਕੇ ਖੁਰਾਕ ਮਿੱਤਰੋ ਜੀਓ ਜਵਾਨਾ ਜੀ ਗੁੱਟ ਫੜਿਆ ਵੱਜੀ ਹੋਈ ਕੈਂਚੀ 30 ਸਕਿੰਟਾਂ ਦਾ ਸਮਾਂ ਟੱਕ ਟੱਕ ਕਰਕੇ ਬੀਤ ਗਿਆ ਪੁਆਇੰਟ ਰੇਡਰ ਦਾ ਪੁਆਇੰਟ ਬੰਦੇਸ਼ਾ ਕਬੱਡੀ ਕਲੱਬ ਦਾ ਬੰਦੇਸ਼ਾ ਕਬੱਡੀ ਕਲੱਬ ਚੱਲ ਅਮਰ ਸੱਪ ਅਮਰ ਸੱਪ ਅੱਗੇ ਚਾਰ ਜਾਫੀ ਇੱਕ ਦੋ ਤਿੰਨ ਨਹੀਂ ਅਸੀਂ ਚਾਰ ਆ ਭਰਾ ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ ਅਮਰ ਸੱਪ ਦੀ ਪਈ ਰੇਡ ਮਲਕ ਰਾਸ਼ਦ ਸ਼ਬਾਜ਼ ਈਲਾ ਚੱਲ ਜਵਾਨਾ ਸ਼ਬਾਜ਼ ਈਲੇ ਦੇ ਨਾਲ ਹੋਈ ਟੱਕਰ ਅੱਗੇ ਅਮਰ ਸੱਪ ਦਾ ਤੱਲਕ ਪਾਕਿਸਤਾਨ ਆਰਮੀ ਦੇ ਨਾਲ ਵੀ ਆ ਕਹਿੰਦੇ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ ਭਾਵੇਂ ਚੂਲੀ ਦੁੱਧ ਪਿਆਈਏ ਹੂ ਕੌੜੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਤੋੜੇ ਮੱਕੇ ਲੈ ਜਾਈਏ ਹੂ ਚੰਡਿਆ ਹੋਇਆ ਸ਼ਗਿਰਦ ਅੱਗੇ ਚਾਰ ਜਾਫੀ ਵੇਖੋ ਕਿਹਦੇ ਨਾਲ ਹੁੰਦਾ ਟੱਕਰ ਜ਼ੁਲਕਰ ਨਾਇਣ ਡੋਗਰ ਜ਼ੁਲਕਰ ਨਾਇਣ ਡੋਗਰ ਤੇ ਵਸੀਮ ਕੰਬੋ ਪੁਆਇੰਟ ਜ਼ੁਲਕਰ ਨਾਇਣ ਡੋਗਰ ਦਾ ਪੁਆਇੰਟ ਡਾਕਟਰ ਅਰਸ਼ਦ ਕਬੱਡੀ ਕਲੱਬ ਦਾ ਬਹੁਤ ਹੀ ਖੂਬਸੂਰਤ ਮੈਚ ਤੈਯਬ ਸਈਦ ਗੁੱਜਰ ਸਈਦ ਗੁੱਜਰ ਅਲਾ ਸਿੰਘ ਵਾਲੇ ਉਹਨਾਂ ਦਾ ਇਹ ਫਰਜ਼ੰਦਾ ਕਹਿੰਦੇ ਸਾਨ ਦਾ ਪੁੱਤ ਸਾਨ ਨਾ ਹੋਵੇ ਤੇ ਮੱਥੇ ਫੁੱਲੀ ਲਾਜ਼ਮੀ ਹੁੰਦੀ ਆ ਤੈਯਬ ਸਈਦ ਗੁੱਜਰ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਖੂਬਸੂਰਤ ਅੰਦਾਜ਼ ਅਪਣਾਇਆ ਹੋਇਆ ਹਾਏ 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 ਉਸਤਾਦ ਗੁਲਾਮ ਅਹਿਮਦ ਗਾਮੀ ਦਾ ਇਸ਼ਾਰਾ ਕਹਿੰਦਾ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਖੇਡਾਂ ਵਿੱਚੋਂ ਖੇਡ ਕਬੱਡੀ ਪਰ ਜੱਫਾ ਇਕੱਲੇ ਇਕੱਲੇ ਦਾ ਜੱਫਾ ਇਕੱਲੇ ਇਕੱਲੇ ਦਾ ਦੂਸਰੇ ਪਾਸੋਂ ਕਬੱਡੀ ਦੇ ਉੱਤੇ ਆਇਆ ਨੌਜਵਾਨ ਖਿਲਾੜੀ ਚੱਲ ਜਵਾਨਾ ਪਈ ਹੋਈ ਕਬੱਡੀ ਚਾਰ ਜਾਫੀਆਂ ਦੀ ਬਣੀ ਸੰਗਲੀ ਵੱਧ ਕੇ ਲੱਗਿਆ ਕੰਨੀ ਦੇ ਉੱਤੋਂ ਅਤੀਕ ਪਾਵਾ ਹਾਏ 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 ਅਤੀਕ ਪਾਵਾ ਵਰਲਡਨ ਜੀ ਬਹੁਤ ਹੀ ਹੋਨਹਾਰ ਖਿਲਾੜੀ ਆ ਆਲ ਪੁਆਇੰਟ ਪੁਆਇੰਟ ਬੰਦੇਸ਼ਾ ਕਬੱਡੀ ਕਲੱਬ ਦਾ ਪੁਆਇੰਟ ਬੰਦੇਸ਼ਾ ਕਬੱਡੀ ਕਲੱਬ ਦਾ ਸ਼ਾਹਦ ਚੱਲ ਗੋਰਾ ਨਸ਼ੋਰ ਰੰਗ ਉਸਤਾਦ ਜੀ ਇਹਨਾਂ ਨੂੰ ਇਨਾਮ ਵੀ ਦੇਣੇ ਆ ਜੀ ਅੱਛੇ ਰੇਟ ਤੇ ਅੱਛੇ ਜੱਫੇ ਤੇ ਚੌਰੀ ਅਬਦੁਲ ਕਯੂਮ ਗੁੱਜਰ ਸਾਹਿਬਾਂ ਵੱਲੋਂ ਔਰ ਦੂਸਰੇ ਮੁੱਖ ਮਹਿਮਾਨਾਂ ਵੱਲੋਂ ਇਨਸ਼ਾਅੱਲਾ ਐਲਾਨ ਕਰਾਵਾਂਗੇ ਚੱਲ ਕਹਿੰਦੇ ਗੋਰੇ ਰੰਗ ਸਦਾ ਨਹੀਂ ਰਹਿਣਾ ਨੀ ਭਰ ਭਰ ਬੁੱਕ ਵੰਡਦੇ ਭਰ ਭਰ ਬੁੱਕ ਵੰਡਦੇ ਚੱਲ ਵੀ ਵਸੀਮ ਕੰਬੋ ਤੇਰੀ ਇਸ ਰੇਟ ਦੇ ਉੱਤੇ ਜਿਵੇਂ ਅੱਗੇ ਮਲਕ ਸਫਦਰ ਨੇ ਐਲਾਨ ਕਰਾਇਆ ਸੀ 2000 ਦੀ ਰੇਟ ਆ ਤੇਰੀ ਇਹ 2000 ਦੀ ਰੇਟ ਵੇਖੋ ਕਿਹਦੇ ਹੱਥਾਂ ਦੀ ਆ ਚਾਹੇ ਜਾਫੀ ਦਾ ਹੋ ਗਏ ਤੇ ਚਾਹੇ ਸਾਈ ਦਾ ਜ਼ੁਲਕਰ ਨਾਇਣ ਡੋਗਰ ਹਾਏ ਹਾਏ ਆ ਜਾ ਵੀ ਆ ਜਾ ਕਹਿੰਦੇ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਚੱਲ ਜਵਾਨਾ ਗੋਰਾ ਨਸ਼ੋਰ ਰੰਗ ਟੋਬਾ ਟੇਕ ਸਿੰਘ ਡਾਕਟਰ ਅਰਸ਼ਦ ਕਬੱਡੀ ਕਲੱਬ ਦਾ ਚੱਲ ਵੀ ਵਸੀਮ ਕੰਬੋ ਆਪਣਾ ਲੈ ਇਨਾਮ ਸਟੇਜ ਤੋਂ ਜਾ ਕੇ ਦਰਮਿਆਨ ਚੋਂ ਨਿਕਲਿਆ ਮਲਕ ਰਾਸ਼ਦ ਕਹਿੰਦੇ ਮਲਕ ਰਾਸ਼ਦ ਪੰਜਾਬ ਦਾ ਨਾਮ ਸੋਹਣਾ ਜਿਹਨੂੰ ਵੇਖਿਆ ਸੀਨਾ ਠਰ ਜਾਂਦਾ ਆਏ ਹਾਏ ਹਾਏ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਹਨਾਨੀ ਗੁੱਜਰ ਚੱਲ ਸ਼ਬਾਜ਼ ਅਲੀ ਬੰਦੇਸ਼ੇ ਦਾ ਕਲੱਬ ਔਰ ਚੌਧਰੀ ਨਾਸਰ ਪਾਸ਼ਾ ਦਾ ਕਲੱਬ ਜਿਹਨੇ ਪੂਰੇ ਪੰਜਾਬ ਦੇ ਵਿੱਚ ਧੁੰਮਾਂ ਮਚਾਈਆਂ ਹੋਈਆਂ ਔਰ ਇਸ ਕਲੱਬ ਦੇ 5-6 ਖਿਲਾੜੀ ਇਸ ਵੇਲੇ ਪਾਕਿਸਤਾਨ ਕਬੱਡੀ ਟੀਮ ਦੇ ਵਿੱਚ ਵੀ ਆ ਚੱਲ ਜਵਾਨਾ ਚਾਰ ਜਾਫੀ ਅੱਗੇ ਆ ਹਾਫਜ਼ ਵਲੀਦ ਅਤੀਕ ਪਾਵਾ ਅਤੀਕ ਪਾਵੇ ਦੇ ਨਾਲ ਹੋਈ ਟੱਕਰ ਨਾਨੀ ਗੁੱਜਰ ਤੇ ਅਤੀਕ ਪਾਵਾ ਚੱਲ ਜਵਾਨਾ ਕਦੀ ਸੱਜੇ ਕਦੀ ਖੱਬੇ ਆਏ ਹਾਏ ਹਾਏ ਪੁਆਇੰਟ ਪੁਆਇੰਟ ਨਾਨੀ ਗੁੱਜਰ ਦਾ ਪੁਆਇੰਟ ਨਾਨੀ ਗੁੱਜਰ ਦਾ ਚੱਲ ਸੱਪ ਗਿਆ ਇੱਕ ਵਾਰੀ ਫਿਰ ਅਮਰ ਸੱਪ ਨੌਜਵਾਨ ਖਿਲਾੜੀ ਆ ਪਾਕਿਸਤਾਨ ਆਰਮੀ ਦੇ ਨਾਲ ਤਲਕ ਡਾਕਟਰ ਅਰਸ਼ਦ ਟੋਬਾ ਟੈਂਕ ਸਿੰਘ ਵਾਲੇ ਉਹਨਾਂ ਦੇ ਕਬੱਡੀ ਕਲੱਬ ਦਾ ਇਹ ਨੁਮਾਇੰਦਾ ਅਮਰ ਸੱਪ ਇਸ ਨੌਜਵਾਨ ਨੂੰ ਕਿਹਾ ਜਾਂਦਾ ਕਹਿੰਦੇ ਕੌੜੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ ਸਹਿਮਣ ਖੰਡ ਪਾਈਏ ਹੂ ਤੁੰਮੇ ਉਹ ਤਰਬੂਜ਼ ਨਹੀਂ ਹੁੰਦੇ ਤੋੜੇ ਭਾਵੇਂ ਤੋੜ ਮੱਕੇ ਲੈ ਜਾਈਏ ਹੂ ਕਾਏ ਤੇ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ ਭਾਵੇਂ ਚੂਣੀ ਦੁੱਧ ਪਿਆਈਏ ਹੂ ਗੁਲਾਮ ਮੁਹੰਮਦ ਗਾਮੀ ਦਾ ਇਸ਼ਾਰਾ ਆਏ ਹਾਏ ਪੁਆਇੰਟ ਫਿਰ ਸੱਪ ਦਾ ਸੱਪ ਮਾਰ ਬਾਜੀ ਜਰਾ ਤੈਨੂੰ ਵੀ ਇਨਾਮ ਦਵਾਈਏ ਸਟੇਜ ਤੋਂ ਆਏ ਹਾਏ ਕਹਿੰਦੇ ਨਾ ਬਣ ਪੰਡਤ ਨਾ ਬਣ ਮੁੱਲਾ ਨਾ ਬਣ ਕਾਜ਼ੀ ਤੂੰ ਬੁੱਲਿਆ ਰੱਬ ਨੂੰ ਕਰ ਲਾ ਰਾਜ਼ੀ ਲਾ ਕੇ ਸਿਰ ਦੀ ਬਾਜ਼ੀ ਅਮਰ ਸੱਪ ਤੂੰ ਵੀ ਸਟੇਜ ਤੋਂ ਆ ਕੇ ਇਨਾਮ ਲੈ ਜਾ ਬਈ ਆ ਜਾ ਜਵਾਨ ਆ ਜਾ ਚੌਧਰੀ ਨਾਸਰ ਪਾਸ਼ਾ ਔਰ ਸਾਡੇ ਦੀਗਰ ਮਹਿਮਾਨ ਸਟੇਜ ਦੀ ਜ਼ੀਨਤ ਨੇ ਇਨਸ਼ਾ ਅੱਲਾ ਤਾਲਾ ਭਰਪੂਰ ਇੱਕ ਵਾਰੀ ਫਿਰ ਪੱਗਾਂ ਸ਼ਿਮਲੇ ਵਾਲੀਆਂ ਜਾਫਰ ਦੇ ਨਾਲ ਹੋਈ ਟੱਚ
ਪੰਜਾਬ ਪੁਲਿਸ ਦਾ ਨੌਜਵਾਨ ਕਲੀਮੁੱਲਾ ਜੱਟ ਕਲੀਮੁੱਲਾ ਜੱਟ ਦੀ ਪਈ ਹੋਈ ਰੇਡ ਚੱਲ ਵਈ ਤੈਯਬ ਸਈਦ ਗੁੱਜਰ ਤੈਯਬ ਸਈਦ ਗੁੱਜਰ ਦੀ ਪਈ ਰੇਡ ਅੱਗੇ ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਜਵਾਦ ਜੱਟ ਮਲਕ ਰਾਸ਼ਦ ਸ਼ਬਾਜ਼ ਇੱਲਾ ਤੇ ਨਵਾਜ਼ ਮਾਜੂ ਮਾਜੂ ਦੇ ਨਾਲ ਹੋਈ ਟੱਕਰ ਆਏ ਛੋਟਾ ਜਿਹਾ ਕੱਦ ਚੌਰ ਸਾਹਿਬ ਕਹਿੰਦੇ ਨੇ ਫੀਤਾ 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 ਮਾਹੀ ਸਾਡਾ ਨਿੱਕਾ ਜਿਹਾ ਅਸੀਂ ਖਿੱਚ ਕੇ ਬਰਾਬਰ ਕੀਤਾ ਜੀ ਚੱਲ ਵਈ ਅਬਦੁਲ ਵਹੀਦ ਹਾਂ ਜੀ ਸਾਡੇ ਮੁੱਖ ਮਹਿਮਾਨ ਇਸ ਵੇਲੇ ਜਨਾਬ ਇਸਤੇਮਾਬ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਸਾਡੇ ਇਨਸ਼ਾਅੱਲਾ ਇਸ ਕਬੱਡੀ ਗਰਾਊਂਡ ਦੇ ਵਿੱਚ ਤਸ਼ਰੀਫ ਲਿਆ ਚੁੱਕੇ ਨੇ ਵੈਲਕਮ ਕਰਦੇ ਹਾਂ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਜੱਟ ਫੈਡਰੇਸ਼ਨ ਸਾਊਦੀ ਅਰਬ ਔਰ ਉਹਨਾਂ ਦੇ ਨਾਲ ਨਾਲ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਮੈਂ ਦਿਲ ਦੀਆਂ ਥਾਂ ਗਹਿਰਾਈਆਂ ਵਿੱਚੋਂ ਵੈਲਕਮ ਕਰਦਾ ਜੀ ਆਇਆਂ ਨੂੰ ਆਹਲਨ ਵਸਹਲਨ ਮਰਹਬਾ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਇਨਸ਼ਾਅੱਲਾ ਆਪਣੇ ਵੇਲੇ ਦੇ ਬਹੁਤ ਤਗੜੇ ਕਬੱਡੀ ਦੇ ਸੁਪਰ ਸਟਾਰ ਰਹੇ ਆ ਅੱਜ ਜਨਾਬ ਸਾਡੇ ਮਹਿਮਾਨ ਬਣ ਕੇ ਆਏ ਆ ਨਾਲ ਨਾਲ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਜੱਟ ਫੈਡਰੇਸ਼ਨ ਸਾਊਦੀ ਅਰਬ ਵਾਲੇ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਇਨਸ਼ਾਅੱਲਾ ਕਾਫੀ ਦੇਰ ਤੋਂ ਜ਼ਿਕਰ ਤੁਹਾਡੇ ਚਰਚੇ ਇਸੇ ਤਰ੍ਹਾਂ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਹੁਣ ਦੇ ਤਜ਼ਕਰੇ ਇਸ ਗਰਾਊਂਡ ਦੇ ਵਿੱਚ ਹੋ ਰਹੇ ਸੀ ਅੱਜ ਸ਼ਿਮਲੇ ਦੀਆਂ ਪੱਗਾਂ ਪਹਿਣ ਕੇ ਸਾਡੇ ਉੱਚੇ ਉੱਚੇ ਪ੍ਰਾਹੁਣੇ ਇਸ ਕਬੱਡੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਮੈਂ ਦਿਲ ਦੀਆਂ ਅਥਾਹ ਗਹਿਰਾਈਆਂ ਵਿੱਚੋਂ ਵੈਲਕਮ ਕਰਦਾ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਆਹਲਨ ਵਸਹਲਨ ਮਰਹਬਾ ਚੌਰੀ ਨਾਸਰ ਅਲੀ ਪਾਸ਼ਾ ਸਹੋਤਾ ਸਾਹਿਬ ਆਪਣੇ ਮਹਿਮਾਨਾਂ ਦਾ ਬੜਾ ਸ਼ਾਨਦਾਰ ਤੇ ਜਾਨਦਾਰ ਵੈਲਕਮ ਕਰ ਰਹੇ ਆ ਔਰ ਉਹਨਾਂ ਦੇ ਨਾਲ ਨਾਲ ਚੌਰੀ ਸ਼ਬਾਦ ਅਲੀ ਬੰਦੇਸ਼ਾ ਸਾਹਿਬ ਪੂਰੇ ਇਨਸ਼ਾਅੱਲਾ ਨੋਟਾਂ ਦੀ ਬਰਸਾਤ ਕਰ ਰਹੇ ਆ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਡੇ ਇਸ ਵੇਲੇ ਮਹਿਬੂਬ ਹਸਤੇ ਆਪਣੇ ਵੇਲੇ ਦੇ ਬੜੇ ਹੀ ਜਨਾਬ ਨਾਮੀ ਗ੍ਰਾਮੀ ਪਲੇਅਰ ਮਾਇਆ ਨਾਜ਼ ਕਬੱਡੀ ਦੇ ਹੀਰੇ ਰਹੇ ਯਾਰ ਜਿਹੜੇ ਗੈਰ ਮਤਲਕਾ ਬੰਦਾ ਕੁਰਸੀਆਂ ਤੇ ਬੈਠੇ ਨਾ ਪਿਛਲੀ ਸਾਈਡ ਤੇ ਉਹ ਬਰਾਏ ਮਿਹਰਬਾਨੀ ਤੁਸੀਂ ਆਓ ਪਿਛਲੀਆਂ ਸੀੜੀਆਂ ਤੇ ਚੱਲ ਜਾਓ ਕੋਈ ਵੀ ਬੰਦਾ ਡਿਸਪਲਿਨ ਨਾ ਖਰਾਬ ਕਰੇ ਮਹਿਮਾਨਾਂ ਵਾਸਤੇ ਕੁਰਸੀਆਂ ਖਾਲੀ ਕਰੋ ਯਾਰ ਮਿਹਰਬਾਨੀ ਆ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਜਿਹੜੇ ਇਨਸ਼ਾਅੱਲਾ ਸਾਡੇ ਅੱਜ ਦੇ ਮੁੱਖ ਮਹਿਮਾਨ ਵੀ ਆ ਸਾਡੇ ਸਿਆਸੀ ਔਰ ਸਮਾਜਿਕ ਸ਼ਖਸੀਅਤ ਵੀ ਆ ਉੱਠ ਖਲੋਵਾ ਯਾਰ ਭਾਈਆਂ ਇੱਧਰ ਆ ਜਾਓ ਕੁਰਸੀਆਂ ਹੈਗੀਆਂ ਇੱਧਰ ਵੇਲੀ ਹਾਂਜੀ ਜਨਾਬ ਚੌਰੀ ਬਲਾਲ ਅਹਿਮਦ ਬੰਦੇਸ਼ਾ ਜੱਟ ਜੱਟ ਫੈਡਰੇਸ਼ਨ ਸਾਊਦੀ ਅਰਬ ਸਪੈਸ਼ਲ ਇਸ ਕਬੱਡੀ ਟੂਰਨਾਮੈਂਟ ਵਾਸਤੇ ਸਾਊਦੀ ਅਰਬ ਦੇ ਵਿੱਚੋਂ ਇਹ ਸਾਡੇ ਚੀਫ ਗੈਸ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਤਸ਼ਰੀਫ ਲਿਆਏ ਨੇ ਮੈਂ ਦਿਲ ਦੀਆਂ ਅਥਾਹ ਗਹਿਰਾਈਆਂ ਵਿੱਚੋਂ ਵੈਲਕਮ ਕਰਦਾ ਜੀ ਆਇਆਂ ਨੂੰ ਕਹਿੰਦਾ ਇਸੇ ਤਰ੍ਹਾਂ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਮੈਂ ਪਹਿਲੇ ਵੀ ਦੱਸਿਆ ਕਿ ਇਨਸ਼ਾਅੱਲਾ ਚੌਰੀ ਨਾਸਰ ਅਲੀ ਪਾਸ਼ਾ ਸਾਹਿਬ ਆਪਣੇ ਵੇਲੇ ਦੇ ਬੜੇ ਹੀਰੋ ਰਹੇ ਕਬੱਡੀ ਦੇ ਕਬੱਡੀ ਖੇਡਦੇ ਵੀ ਰਹੇ ਆ ਔਰ ਅੱਜ ਕਬੱਡੀ ਪਲੇਅਰਾਂ ਦੇ ਨਾਲ ਇੰਜ ਪਿਆਰ ਕਰਦੇ ਆ ਜਿਵੇਂ ਆਪਣੇ ਪੁੱਤਰਾਂ ਨਾਲ ਕਰੀਦਾ ਉਧਰ ਰਸ਼ਦ ਮਲਕ ਨੇ ਤਕੜਾ ਜ਼ੋਰ ਲਾਇਆ ਲੇਕਿਨ ਪੁਆਇੰਟ ਜਿਹੜਾ ਅੰਬਰ ਸੱਪ ਦੀ ਹੇਕ ਉਤੇ ਜੁੜਿਆ ਬਾਸ ਸੱਪਾ ਨਹੀਂ ਰੀਸਾਂ ਤੇਰੀਆਂ ਚੱਲ ਵੀ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਕਲੀਮੁੱਲਾ ਜੱਟ ਮੁੰਡਾ ਅਸਲੇ ਜੱਟਾਂ ਦਾ ਕਬੱਡੀ ਪਾ ਰਿਹਾ ਦੇਖਦੇ ਆ ਕਿਹਦੀ ਹੇਕ ਵਿੱਚ ਹੱਥ ਮਾਰਦਾ ਇੱਕ ਕੰਨੀ ਤੇ ਜ਼ੁਲਕਰ ਨੈਣ ਡੋਗਰ ਅਤੀਕ ਪਾਵਾ ਜ਼ੁਲਕਰ ਨੈਣ ਡੋਗਰ ਨਾਲ ਟੱਕਰ ਹੋਈ ਤੇ ਪੁਆਇੰਟ ਜਿਹੜਾ ਕਲੀਮੁੱਲਾ ਜੱਟ ਦੀ ਹੇਕ ਦੇ ਉੱਤੇ ਜੁੜਿਆ ਸਦਕੇ ਜਾਵਾਂ ਚੌਧਰੀ ਕੈਸਰ ਬੰਦੇਸ਼ਾ ਸਾਹਿਬ ਦੇ ਉਹ ਵੀ ਪੂਰੀਆਂ ਮੁਹੱਬਤਾਂ ਵੰਡਦਾ ਹੋਇਆ ਗਰਾਊਂਡ ਦੇ ਵਿੱਚ ਹਾਂਜੀ ਜਨਾਬ ਸਾਡੇ ਮੁੱਖ ਮਹਿਮਾਨ ਚੌਧਰੀ ਇਸ ਵੇਲੇ ਜਨਾਬ ਮੈਂ ਵੇਖ ਰਿਹਾ ਚੌਧਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਸਿਆਸੀ ਔਰ ਸਮਾਜੀ ਸ਼ਖਸੀਅਤ ਜਿਹੜੇ ਕਿਸੇ ਵੀ ਤਾਰਫ ਦੇ ਮਹਿਤਾਜ ਨਹੀਂ ਉਹਨਾਂ ਦਾ ਤਾਰਫ ਕਰਾਉਣਾ ਸੂਰਜ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ ਆ ਚੌਧਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਇਨਸ਼ਾਅੱਲਾ ਜਿਹੜੇ ਹਮੇਸ਼ਾ ਹੀ ਆਪਣੀ ਆਵਾਮ ਦੇ ਨਾਲ ਆਊਟ ਆਫ ਕੰਟਰੀ ਹੋ ਕੇ ਵੀ ਜੁੜੇ ਰਹਿੰਦੇ ਆ ਹਰ ਟਾਈਮ ਆਪਣੀ ਆਵਾਮ ਦੇ ਨਾਲ ਅਟੈਚ ਰਹਿੰਦੇ ਆ ਕਬੱਡੀ ਵਾਸਤੇ ਦਿਨ ਰਾਤ ਇਨਸ਼ਾਅੱਲਾ ਉਹ ਜਿਹੜੇ ਇਹ ਜਨਾਬ ਕਾਬਸ਼ਾ ਕਰਦੇ ਆ ਕਬੱਡੀ ਵਾਸਤੇ ਵੱਡੀ ਸਪਾਂਸਰਸ਼ਿਪ ਆ ਉਹਨਾਂ ਦੀ ਵੀ ਇਸ ਮੇਲੇ ਵਾਸਤੇ ਔਰ ਇਸੇ ਤਰ੍ਹਾਂ ਜਨਾਬ ਚੌਰੀ ਅਬਦੁਲ ਕਯੂਮ ਗੁੱਜਰ ਸਾਹਿਬ ਹਾਲ ਮਕੀਮ ਸਾਊਦੀਆ ਉਹਨਾਂ ਵੱਲੋਂ ਵੀ ਜਨਾਬ ਵੱਡੇ ਇਨਸ਼ਾਅੱਲਾ ਨੋਟਾਂ ਦੇ ਨਾਲ ਜਿਹੜੀ ਸਪਾਂਸਰਸ਼ਿਪ ਕੀਤੀ ਗਈ ਇਸ ਕਬੱਡੀ ਟੂਰਨਾਮੈਂਟ ਵਾਸਤੇ ਵਾਹ ਅਲੋ ਇਹ ਬੜਾ ਹੀ ਇਸ ਵੇਲੇ ਕਾਂਟੇਦਾਰ ਮੁਕਾਬਲਾ ਕਾਂਟੇਦਾਰ ਟੱਕਰ ਹੋ ਰਹੀ ਆ ਹਾਂਜੀ ਜਨਾਬ ਅਗਲੀ ਕਬੱਡੀ ਇਸ ਵੇਲੇ ਵਸੀਮ ਕੰਬੋ ਦੀ ਬਿਲਕੁਲ ਸਾਡੇ ਮੁੱਖ ਮਹਿਮਾਨ ਪੂਰਾ ਸਵਾਦ ਲੈਣ ਵਾਸਤੇ ਇਸ ਵੇਲੇ ਨਿਗਾਹਾਂ ਟਿਕਾ ਕੇ ਬੈਠੇ ਹੋਏ ਆ ਚੱਲ ਵੀ ਵਸੀਮ ਕੰਬੋ ਜ਼ਰਾ ਨੇੜੇ ਨੇੜੇ ਹੋ ਕਹਿੰਦੀਆਂ ਨਿਗਾਹਾਂ ਦੂਰ ਨਾ ਖਲੋ
चन सजना जरा नेड़े नेड़े हो ए अब सीम कंबो मुंडा कहते नदीम कंबो दा छोटा भाईआ चौधरी शबाज अली बंदेशे दा पप्पर शेरा मुंडे ने कहते पूरे मुल्क दे विच भी बल्ले बल्ले करा दित्ती आ वाह सोणिया लागली कबड्डी शाहद घोड़ा पाकिस्तान आर्मी धरती नवे लाहौर दी और मुंडा कहते नसीर जट कादराबाद वाले शिगिर दा वेखदे आ किहदे नाल टक्कर हुंदी आ एक कनी ते शबाज जट इला मुंडे ने कहते पाकिस्तान दा कोई रेडर नहीं छड्या और दूजे पासे असले टक्कर हो गई शबाज जट इले ना नवाज माजू दा छोटा वीरा अगर शबाज जट्टा जफा ला देवे ते स्टेज लेकिन कामयाबी शाहद घोड़े के खाते जुड़ दी आ ताड़ियां मार दिया करो जोरदार ताड़ियां मारिया करो जोरदार जो अच्छा जफा अच्छी रेड हो हां जी लो जी कहिंदे इस वेले मुंडा खेड मैदान दे विच अरसलान बट्टू खेड मैदान दे विच कबड्डी पा के मुड़िया और चौधरी बलाल जट बंदेशा साहब दे गूढ़े सज्जन मित्र जनाब व्याड़ी तो भी आए हुए आ मैं उन्हां दा भी वेलकम करदा जी आया नूं कहिंदा सत बिस्मिल्ला चल भी मुहम्मद अरफान मुंडा इस वेले चिट्टे नशो रंग दा मालिक वेखदे आ किहदे नाल हुंदी टक्कर हाय हाय शबाज जट ईला इहनूं कहिंदे नवाज माजू दा छोटा वीरा डिपार्टमेंट ऑफ पाकिस्तान बाबदा लस्को आ देखो लत फड़ी हुई पर पॉइंट जरा इस वे मुहम्मद अरफान डॉक्टर मुहम्मद अरशद कबड्डी क्लब के खाते जोड़ता होया लो जी 500 रुपया इस वे चौरी आसिफ नदीम चीमा साहब डीसी ऑफिस फैसलाबाद उन्होंने वालों मेरे नाल मुहब्बत सांझी हुई शुक्रिया जनाब चौरी आसिफ नदीम चीमा साहब तुहाडी मुहब्बत जी उस्ताद गुलान साहब जी अगली कबड्डी ते फिर आया अमर सप चल जनू जनू सप की कौटी पसंद आ एक बार जप ताड़ी मार के दस्यो चल सप अमर सप चार जापी जवाब जट चल राशिद मलिक और वसीम अकरम नवाज बाजू राशिद मलिक लगे दरम्यान चो बगलां भरिया हुई लियाकत गिल साहब कहते सुफने अंदर मैनु माही मिलिया तो मैं गल विच पा लई बाहां दर्दी मारी अख ना खोला कितने फिर विछड़ना जावा कितने फिर विछड़ना गावा जी चौधरी नासर पाशा साहब वालों हाँ जी राशिद मलिक साहब तेरे वास्ते इनाम आ चौधरी नासर पाशा साहब वालों आ जा आके अपना इनाम ले ला दूसरे पासे कबड्डी दे बारे ते वसीम कंबो आए हाय हाय राशिद मलिक स्टेज ते आ राशिद मलिक स्टेज ते नाम ले जा भी वसीम कंबो जिथे माइया पाप धरदा उथे उगदा सरू दा बूटा अग लाणी महला नू कुली यार दी सुरग दा झूटा चल छोटा जा कादा तैयब सईद वाला राशिद इधर तैयब सईद गुज्जर चल तैयब सईद गुज्जर डबल चौरी बलाल जट बंदेशा साहब वालों भी और जनाब चौरी अब्बास चीमा साहब होना वालों भी इस वेले वड्डे नोटां दे नाल मान सम्मान किया जा रहा और चौरी बलाल जट बंदेशा साहब होना ने मेरे वास्ते भी इस वेले जनाब 5000 रुपया जरा हौसला अफजाई की मैं शुक्रिया अदा करदा नाल नाल चौरी आसिफ नदीम चीमा साहब होना ने भी साढ़े नाल मुहब्बत सांझी की शुक्रिया जी इंशाल्लाह लाओ ताड़ी मारो साढ़े मेहमान वास्ते वेल डन जीओ बट्टू बहुत ही खूबसूरत पॉइंट लिया चल जवाना पा कबड्डी अरफान जी है गोरा नशोर नौजवान पाई हुई कबड्डी चार जापिया की बनी हुई संगली एक दो तीन नहीं असि चार भरा जेड़ा चंगा लगदा तू हाथ उस ला वेखो कि हाथ लगदा अज ईला अगे होके डकदा कि नवाज माजू कहंदा छोटिया वीरिया पिछा हट नहीं जवाब जट आया कहंदा यारी जट दी ते बोछा तूत दा आए हाय हाय वेल डन और गुत्थम गुत्था हो गया दोनों ते वज गया ललकारा हुण ते नंबर ओने खाणा जिहड़ा हौ जान विच भारा आ जा भाई आ जा जवान आके अपना इनाम ले ला जवाब जट आ जा चौधरी नासर पाशा साहब वालों और दीगर मेहमान वालों आके अपने इनाम ले भाई आ जा आ जा आ जा चल ले जवाना वेल डन नोटा दी बरसात जवाब जट एक पास रेड दे उत्ते गया हुण वेल्डन जी कलीमुल्ला चल कलीमुल्ला जट पई हुई रेड चार जाफियां दी बनी हुई संगली वेल्डन सारे मेहमान आलो हजारा रुपया दे इनामात चल अरफान फौजी अरफान दी पई हुई रेड गोरे रंग दा नौजवान गोरे रंग सदा नहीं रहना
ਨੀ ਭਰ ਭਰ ਬੁੱਕ ਵੰਡਦੇ ਚੱਲ ਜਵਾਨਾ ਪਾ ਕਬੱਡੀ ਪਈ ਪੈਂਦੀਆਂ ਕਬੱਡੀਆਂ ਅੱਜ ਚੜ ਚੜ ਕੇ ਤੇ ਵੇਖਦਾ ਜ਼ਮਾਨਾ ਅੱਜ ਖੜ ਖੜ ਕੇ ਚੱਲ ਜਵਾਨਾ ਅਰਫਾਨ ਦੀ ਪਈ ਕੋਡੀ ਅੱਗਿਓ ਮਲਕ ਰਾਸ਼ਦ ਜਿਹਨੂੰ ਖੂਨ ਖਾਰ ਜਾਫੀ ਕਿਹਾ ਜਾਂਦਾ ਇਹ ਪਾਕਿਸਤਾਨ ਦਾ ਬਹੁਤ ਹੀ ਖਤਰਨਾਕ ਤਰੀਨ ਜਾਫੀ ਆ ਗੁੱਟ ਫੜਿਆ ਆਏ ਕਹਿੰਦੇ ਭਰੇ ਗਿੱਧੇ ਵਿੱਚ ਫੜੀ ਜਿਸ ਮੇਰੀ ਬਾਂਹ ਹਜੇ ਤੱਕ ਕਰੇ ਸਾਂ ਸਾਂ ਦਸ ਭਾਬੀ ਨੀ ਮੁੰਡਾ ਕਿਹੜੇ ਪਿੰਡ ਦਾ ਦਸ ਭਾਬੀ ਨੀ ਮੁੰਡਾ ਕਿਹੜੇ ਪਿੰਡ ਦਾ ਜਨਾਬ ਚੌਧਰੀ ਆਸਫ ਚੀਮਾ ਸਾਹਿਬ ਵੱਲੋਂ 500 ਰੁਪਏ ਦਾ ਮਾਨ ਸਨਮਾਨ ਚੌਧਰੀ ਅਬਾਸ ਚੀਮਾ ਸਾਹਿਬ ਵੱਲੋਂ 1000 ਰੁਪਏ ਦਾ ਔਰ ਜਨਾਬ ਚੌਧਰੀ ਬਲਾਲ ਬੰਦੇਸ਼ਾ ਸਾਹਿਬ ਵੱਲੋਂ 5000 ਰੁਪਏ ਦਾ ਮਾਨ ਸਨਮਾਨ ਜੀ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਸਾਰੇ ਮਹਿਮਾਨਾਂ ਵੱਲੋਂ ਇਨਸ਼ਾਅੱਲਾ ਔਰ ਚੌਰੀ ਸ਼ਬੀਰ ਸੈਨ ਸਾਹਿਬ ਵੱਲੋਂ ਜੀ 200 ਰੁਪਏ ਦਾ ਮਾਨ ਸਨਮਾਨ ਜੀ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਚੱਲ ਜਵਾਨਾ ਪਈ ਹੋਈ ਕਬੱਡੀ ਇੱਕ ਵਾਰੀ ਫੇਰ ਤਈਏ ਸ਼ਹੀਦ ਗੁਜਰ ਇੱਕ ਵਾਰੀ ਮਾਰੋ ਤਾੜੀਆਂ 18-18 ਬਰਾਬਰ ਆਏ ਹਾਏ ਹਾਏ ਵਸੀਮ ਅਕਰਮ ਵਸੀਮ ਅਕਰਮ ਚੌਧਰੀ ਬਲਾਲ ਬੰਦੇਸ਼ਾ ਸਾਹਿਬ ਵੈਲਡਨ ਜੀ ਵਸੀਮ ਅਕਰਮ ਜੀ ਓ ਜਵਾਨਾ ਜੀ ਪਈ ਹੋਈ ਕੈਂਚੀ ਕਹਿੰਦੇ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਆ ਫਿਰ ਲੱਗੀ ਹੋਈ ਕੈਂਚੀ ਸੈਂਟਰ ਜੇਲ ਹੁੰਦੀ ਆ ਇਧਰ ਆ ਵਸੀਮ ਅਕਰਮ ਪੁੱਤਰ ਸਟੇਜ ਤੇ ਆ ਜੇਲ ਹੁੰਦੀ ਆ ਵਸੀਮ ਅਕਰਮ ਆ ਬਈ ਚਾਰ ਬਲਾਲ ਜੱਟ ਬੰਦੇਸ਼ਾ ਸਾਹਿਬ ਜੱਟ ਫੈਡਰੇਸ਼ਨ ਹਾਂਜੀ ਸਾਊਦੀ ਅਰਬ ਦੇ ਇਨਸ਼ਾਅੱਲਾ ਜੋ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਵੱਡੇ ਨੋਟਾਂ ਦੇ ਨਾਲ ਇਸ ਵੇਲੇ ਇਨਾਮ ਦਿੱਤੇ ਜਾ ਰਹੇ ਆ ਨਾਲ ਨਾਲ ਮੈਂ ਵੇਖ ਰਿਹਾ ਇਸ ਵੇਲੇ ਸਦਕੇ ਜਾਵਾਂ ਆਪਣੇ ਚੀਫ ਗੈਸਟਾਂ ਨੂੰ ਚੌਧਰੀ ਸ਼ਬੀਰ ਹੁਸੈਨ ਔਰ ਉਹਨਾਂ ਦੇ ਨਾਲ ਨਾਲ ਚੌਧਰੀ ਅਬਾਸ ਚੀਮਾ ਸਾਹਿਬ ਔਰ ਅਪਰਲੀ ਸਾਈਡ ਤੇ ਵੀ ਜਾਣਾ ਜੀ ਮਾਸ਼ਾਅੱਲਾ ਸਾਡੇ ਜੋੜ ਅਬਦੁਲ ਭਾਈ ਦੇ ਇੱਕ ਵਾਰੀ ਚੱਲ ਜਵਾਨਾ ਆਏ ਹਾਏ 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 ਕਹਿੰਦੇ ਪਾਣੀ ਡੋਲ ਗਈ ਝਾਂਜਰਾਂ ਵਾਲੀ ਤੇ ਕੈਂਠੇ ਵਾਲਾ ਤਿਲਕ ਗਿਆ ਜੀ ਜਵਾਨਾ ਮੁੱਖ ਮਹਿਮਾਨਾਂ ਦੀਆਂ ਸਜੀਆਂ ਹੋਈਆਂ ਔਰ ਹਾਫ ਟਾਈਮ ਹੋ ਗਿਆ ਜੀ ਜੀ ਚੌਧਰੀ ਅਬਦੁਲ ਕਯੂਮ ਗੁੱਜਰ ਸਾਹਿਬ ਅਬਦੁਲ ਭਾਈ ਦੇ ਪੁਆਇੰਟ ਸੁਣ ਲਾ ਪੁੱਤਰ ਕਿ 3 ਨੰਬਰ ਬੰਦੇਸ਼ਾ ਕਲੱਬ ਨੇ ਸ਼ੁਰੂ ਦੇ ਵਿੱਚ ਡਾਕਟਰ ਅਰਸ਼ਦ ਕਬੱਡੀ ਕਲੱਬ ਨੂੰ ਦਿੱਤੇ ਸੀ ਉਹਦੇ ਬਾਵਜੂਦ ਵੀ ਇਸ ਵੇਲੇ 18 ਪੁਆਇੰਟ ਆ ਡਾਕਟਰ ਅਰਸ਼ਦ ਕਬੱਡੀ ਕਲੱਬ ਦੇ ਤੇ 18 ਇੱਕ 18 18 ਦੂਣਾ 20 20 ਪੁਆਇੰਟ ਆ ਇਸ ਵੇਲੇ ਬੰਦੇਸ਼ਾ ਕਬੱਡੀ ਕਲੱਬ ਦੇ ਜੀ ਭਰਪੂਰ ਤਾੜੀਆਂ ਬੰਦੇਸ਼ਾ ਕਬੱਡੀ ਕਲੱਬ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤੇ ਪੱਥਰ ਵੀ ਗਲਦੇ ਵੇਖੇ ਲਿਆਕਤ ਗਿੱਲ ਸਾਹਿਬ ਜਿਨ੍ਹਾਂ ਕਦਰ ਨਾ ਕੀਤੀ ਯਾਰ ਦੀ ਬੁੱਲਿਆ ਉਹ ਖਾਲੀ ਹੱਥ ਮਲਦੇ ਵੇਖੇ ਜਿਨ੍ਹਾਂ ਕਦਰ ਨਾ ਕੀਤੀ ਯਾਰ ਦੀ ਬੁੱਲਿਆ ਉਹ ਖਾਲੀ ਹੱਥ ਮਲਦੇ ਵੇਖੇ ਲਓ ਜੀ ਉਸਤਾਦ ਜੀ ਕਬੱਡੀ ਉੱਧਰ ਸ਼ੁਰੂ ਹੋ ਗਈ ਅਮਰ ਸੱਪ ਦੇ ਬਾਹਰ ਰਾਸ਼ਦ ਮਲਕ ਇਨਸ਼ਾਅੱਲਾ 10000 ਰੁਪਇਆ ਹੋਏਗਾ ਇਹ ਅਮਰ ਸੱਪ ਤੇ ਇੰਡੀਆ ਵਾਲਿਆਂ ਕੋਲ ਨਹੀਂ ਰੱਖਿਆ ਗਿਆ ਕਬਾਲ ਸਟੇਡੀਅਮ ਚ ਰਾਸ਼ਦ ਮਲਕਾ ਸਟੇਜ ਤੇ ਆ ਪੁੱਤਰ ਸਟੇਜ ਤੇ ਆ ਇੱਧਰ ਚੌਰੀ ਬਲਾਲ ਜੱਟ ਬਦੇਸ਼ੇ ਵਰਗੇ ਇਨਸ਼ਾ ਬੱਚੇ ਬਾਹਰ ਆ ਜਾਓ ਸਾਰੇ ਬੱਚੇ ਹਾਂਜੀ ਰਾਸ਼ਦ ਮਲਕ ਚੌਧਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਵੀ 1000 ਰੁਪਇਆ ਤੇਰੇ ਵਾਸਤੇ ਆ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਉਹਨਾਂ ਵੱਲੋਂ ਵੀ ਇਨਸ਼ਾਅੱਲਾ ਵੱਡੇ ਇਨਾਮ ਆ ਦਿੱਤੇ ਜਾ ਰਹੇ ਆ ਔਰ ਚੌਰੀ ਸ਼ਬੀਰ ਹੁਸੈਨ ਵੱਲੋਂ ਔਰ ਚੌਰੀ ਅਬਦੁਲ ਕਯੂਮ ਗੁੱਜਰ ਸਾਹਿਬ ਚੌਰੀ ਕਮਰੁਲ ਜ਼ਮਾਨ ਚੀਮਾ ਸਾਹਿਬ ਸ਼ਬਾਦ ਆ ਕੋਈ ਬੰਦਾ ਅੰਦਰ ਆ ਕੇ ਪੈਸਾ ਨਾ ਦੇਵੇ ਕੋਈ ਬੰਦਾ ਵੀ ਅੰਦਰ ਆ ਕੇ ਪੈਸਾ ਨਾ ਦੇਵੇ ਜਿੰਨੇ ਦੇਣਾ ਪਲੇਅਰ ਨੂੰ ਬਾਹਰ ਬੁਲਾ ਲਵੇ ਆਏ ਹਾਏ ਹਾਏ ਬੜਾ ਲੱਗਾ ਹੋਇਆ ਖੂਬਸੂਰਤ ਜੱਫਾ ਕਹਿੰਦੇ ਜਦੋਂ ਹੋਵੇ ਬੰਦਾ ਕੈਂਚੀ ਦੇ ਵਿੱਚ ਘੁੱਟਿਆ ਫਿਰ ਉਸ ਵੇਲੇ ਨਹੀਂ ਹੋ ਜਾਂਦਾ ਛੁੱਟਿਆ ਜੱਫਾ ਚੱਜ ਨਾਲ ਜੇ ਲੱਗ ਜਾਵੇ ਗੰਢ ਪੂਰੀ ਪੂਰੀ ਵੱਜ ਜਾਵੇ ਫਿਰ ਇੱਕ ਪੈਰ ਵੀ ਨਹੀਂ ਹੋ ਜਾਂਦਾ ਪੱਟਿਆ ਹਾਫਿਜ਼ ਵਲੀਦ ਨੇ ਜੱਫਾ ਮਾਰਿਆ ਜੀ ਜਾਫੀ ਆ ਜਾ ਬਈ ਹਾਫਿਜ਼ ਵਲੀਦ ਸਾਹਿਬ ਆ ਜਾਓ ਸਟੇਜ ਦੇ ਉੱਤੋਂ ਆ ਕੇ ਨਾਮ ਲਓ ਆ ਜਾ ਵੀ ਆ ਜਾ ਹਾਫਿਜ਼ ਵਲੀਦ ਦੂਸਰੇ ਪਾਸੇ ਚੱਲ ਜਵਾਨਾ ਹਾਏ 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 ਪਈ ਹੋਈ ਕਬੱਡੀ ਅੱਗੇ ਵੇਖੋ ਅੜ ਕੇ ਖੜਾ ਜਵਾਬ ਜੱਟ ਅਰਫਾਨ ਫੌਜੀ ਦਾ ਨੰਬਰ ਪੁਆਇੰਟ ਇੱਕ ਵਾਰੀ ਫਿਰ ਡਾਕਟਰ ਅਰਸ਼ਦ ਕਬੱਡੀ ਕਲੱਬ ਦਾ ਨੌਜਵਾਨ ਇਸ ਨੂੰ ਸ਼ਹੀਨ ਮਿਜ਼ਾਇਲ ਕਿਹਾ ਜਾਂਦਾ ਕਲੀਮੁੱਲਾ ਜੱਟ ਚੱਲ ਕਹਿੰਦੇ ਜੱਟ ਪੋਤੀ ਜੱਟ ਦਾ ਤੇ ਜਾਂਦਾ ਹੀ ਗਰਾਊਂਡਾਂ ਵਿੱਚ ਗੋਰਾ ਪੱਟਦਾ ਵੈਲਡਨ ਚੱਲ ਵੇ ਜ਼ੁਲਕਰ ਨੈਣ ਡੋਗਰ ਤੇ ਕਲੀਮੁੱਲਾ ਜੱਟ ਆਏ ਕਲੀਮੁੱਲਾ ਜੱਟ ਤੇ ਜ਼ੁਲਕਰ ਨੈਣ ਡੋਗਰ ਕਹਿੰਦੇ ਭਾਜੋ ਮਿੱਤਰਾ ਭੱਜ ਤੇਰੇ ਮਗਰ ਬੰਦੂਕਾਂ ਵਾਲੇ ਜੀ ਓ ਜਵਾਨਾ ਬਹੁਤ ਹੀ ਖੂਬਸੂਰਤ ਕਲੀਮੁੱਲਾ ਜੱਟ ਦਾ 500 ਰੁਪਇਆ ਜੀ
हाँ जी साढ़े मुख मेहमान की लड़ी जड़ी है बिल्कुल इस वे स्टेज जेड़ा रेडर अगर कौटी पा के गया वह आगे 500 रुपया चाहिए लियाकत गिल चेयरमैन साहब वालों वसूल चल नवाज माजू एक पासे तजर्बा एक पासे जवानी एक पासे तजर्बा जी है जवाना जी आए जुत्ती खल दी मरोड़ा नहीं चल दी बल्ले बल्ले टोर पंजाबन दी कलेमला जट पुत्र आ स्टेज ते साडे मुख मेहमान जी निशाला जट बैठे आ गुजर बैठे आ कबड्डी नाल दिलो जानो प्यार करन वाले अज सारे बरादरियां ने इकट्ठ कर लिया अज कबड्डी करोड़ां दी बना दित्ती आ चार बलाल जट बंदेशा साहब उन्हां ने हांजी चौधरी नासर अली पाशा सहोता साहब वालों के नवाज माजो आए हाय हाय आए वही जट वेख की बनिया कहिंदा फस के जान शिकंजे अंदर ज्यों वेलने विच गन्ना रौ नु कौन रौ मोहम्मद हुण रवे ते मन्ना उस्ताद जी चौधरी नासर सहोता साहब सऊदी अरब वाले उन्होंने ऐलान करवाया कि राशिद मलिक और नवाज माजू जिन्ने भी शबाज इला जिन्ने भी जत्थे लाए जान हजार हजार के नोट आ गए चौधरी नासर साहब हाय 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 उन्होंने वालों आ गए वेख लक फड़िया होया नवाज माजू का फड़िया होया लक कहिंदा लक टुट जू चरी दा टांडा घुट के ना मरोड़ वैरिया आए जी जाना जी नवाज माजू खूबसूरत अंदाज इंटरनेशनल कबड्डी प्लेयर बहुत ही खूबसूरत जफा लाया नवाज बाजे का टच मोबाइल कहते गिरिया हो जी आ जा भी नवाज माजू आ जा स्टेज तो नोटा की बरसात है तेरे वास्ते ये पैसे कट्ठे करके नवाज बाजे नू देने टच मोबाइल गिर गया इतने ग्राउंड दे विच टच मोबाइल हाँ जी चौधरी नासर हाँ जी चौधरी नासर सऊदी अरब वाले वालों सारे मेहमान सारे खिलाड़ियों की इको जी हौसला अफजाई भरपूर नोट और कुवारे नोट जी जिन्हों स्टेट बैंक तो बाद चौधरी नासर साहब के हाथ लगा जनाब वेल्डन चल जवाना कुवारे नोट दुल्हन अर्गे नोट जी बिल्कुल निकलिया होया नोट दूरों नजर आ रहा इंशाअल्लाह ताला भरपूर जी हौसला अफजाई का जवाब जट्टा पुत्र जफा लावे ते स्टेज ते जनाब हजार हजार आले पांच पांच हजार आले नोटा भी बरसात आ नूरे इस वेले शहद घोड़ा घोड़िया पुत्र स्टेज ते आ दौड़ के घोड़िया स्टेज ते आ पाकिस्तान आर्मी का सूरमा कहिंदे सुट्टन बंब निशाने उते ओह धुम्मा पाउंदे जमाने उते अगली कौडी अरसलान पट्टू दी आ इधर आ शहद घोड़िया स्टेज ते जनाब साडे जिन्ने भी मुख मेहमान बैठे आ चेहरे नासर सहोता साहब हाल मकीम सऊदिया हाय 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 वेख गुट फड़िया गिट्टा फड़िया फिर एक बारी मेरे गिट्टे नु चिंबड़दा जावे नी भाभी सोना मुंडा गिलू वरगा आए उठ फरीदा सुत्या तेरी दाढ़ी आ दूर अग्गा आ गया नेड़े ते पीछा रह गया दूर जनाब चौधरी शबीर साहब वालों चौधरी नासर सोते साहब वालों और मियां साहब वालों एक एक हजार रुपए का मान सम्मान भेजा गया हौसला अफजाई का शुक्रिया जी चल सप पा कबड्डी वेखो सप किनू डंग मारदा और केड़ा जोगी इस नू पकड़दा चार जापी है शबाज अली बंदेशे दे चंडे हुए जापी इंटरनेशनल कबड्डी कोच दे अगे हो गया मलिक राशिद जिन्हू खून खार जापी कहा जाता आए सप पॉइंट पॉइंट सप दा जी पॉइंट सप दा कहिंदे सप्पां दे पुत मित नहीं हुंदे भावे चूली दुध पियाईए हू ते कावां दे बच्चे हनसती थिंदे तोड़े मोती चोग चगाईए हू साडे पग्गा शिमले वालियां मेहमानां नाल सजी होई स्टेज कलीमुल्ला जट चल कहिंदे यारी जट दी ते आए हाय बगला भरिया जुलकर लैन डोगर ते कलीमुल्ला जट कलीमुल्ला जट ते आए हाय 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 वेल डन बहुत ही अच्छा पॉइंट जट्टा स्टेज ते आया जट्टा कलीमुल्ला जट आ जा भाई कहिंदे कदी वजे धौल कदी वजे तफा कदी बंदे दे विच बंदा वजदा है पिछे भज के जाफी करे जफा जदों रेडर मूहरे लग के भजदा है आए हाय 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 नवाज माजू गुट फड़ के कैंची वजदी है जदों कोई जफे दे विच वजदा है अज जहांगीर दी धरती नूं भाग लगे होए कहिंदे चौहान यारा जिथे कबड्डी खेड हुंदी भाग उस धरती नूं लगदा है चौधरी नासर पाशा साहब अज भाग लगा होया 257 रेबे जहांगीर दी धरती नूं जेनू जेनू स्वाद आ रहा जिस कबड्डी मैचां दा और पूरा इंतजाम दा ओनू कसम लगे बल्कि ओनू खुरक पै जाए जिहड़ा ताड़ी ना मारे ताड़ी मारो एक बार सारे मेहमानां वास्ते और सा के रख दे लोकी सानू चौधरी कहिंदे ओ शाम नू साडे पैंदी बहिंदे सारे करदे कम अवल्ले
ਪਿੰਡ ਵਿੱਚ ਹੁੰਦੀ ਬੱਲੇ ਬੱਲੇ ਵਿਸਕੀ ਪੀ ਕੇ ਗਾਲਾਂ ਕੱਢਦੇ ਉਹ ਰਾਤ ਨੂੰ ਚੋਰੀ ਪਿੱਠੇ ਵੜਦੇ ਜੋ ਮੂੰਹ ਆਇਆ ਉਹ ਗੱਲ ਕਹਿੰਦੇ ਉਹ ਬੁੱਢੇ ਹੋ ਕੇ ਹੱਜ ਕਰ ਲੈਂਦੇ ਕਾਰ 'ਚ ਬਹਿ ਕੇ ਥਾਣੇ ਜਾਂਦੇ ਰੰਗ ਬਿਰੰਗੇ ਖਾਣੇ ਖਾਂਦੇ ਰਾਸ਼ਦ ਮਲਕ ਕੋਲੋਂ ਜਨਾਬ ਪੁਆਇੰਟ ਨਹੀਂ ਲਿਆ ਗਿਆ ਉਹ ਕਾਲੇ ਰੰਗ ਦੀ ਗੱਡੀ ਹੁੰਦੀ ਜੀ ਟੀ ਰੋਡ ਤੇ ਛੱਡੀ ਹੁੰਦੀ ਉਹ ਪੰਜ ਸੱਤ ਕੰਨ ਟੁੱਟੇ ਹੁੰਦੇ ਮੋਢਿਆਂ ਤੇ ਸਾਫੇ ਸੁੱਟੇ ਹੁੰਦੇ ਪਰ ਅਫਸੋਸ ਕੇ ਸਾਡੇ ਦਾਣੇ ਹੈ ਨਹੀਂ ਤਾਂਹੀ ਤੇ ਅਸਾਂ ਸਿਆਣੇ ਹੈ ਨਹੀਂ ਕਲੀਮੁੱਲਾ ਜੱਟ ਦੀ ਕਬੱਡੀ ਪਈ ਆ ਸਦਕੇ ਜਾਣਾ ਲਓ ਜੀ ਇਸ ਵੇਲੇ ਜਨਾਬ ਕਲੀਮੁੱਲਾ ਜੱਟ ਨੇ ਪੁਆਇੰਟ ਦਾ ਵਾਧਾ ਕੀਤਾ ਬੰਦੇਸ਼ਾ ਕਬੱਡੀ ਕਲੱਬ ਦੇ ਹਿੱਸੇ ਆਇਆ ਪੁਆਇੰਟ ਸਦਕੇ ਜਾਵਾਂ ਲਓ ਜੀ ਆਪਣਾ ਆ ਕੇ ਜਨਾਬ ਇਨਾਮ ਵਸੂਲ ਕਰੀ ਜਾਓ ਨਗਦੋ ਨਗਦੇ ਜਨਾਬ ਚਾਰੀ ਅਬਦੁਲ ਕਯੂਮ ਗੁੱਜਰ ਸਾਹਿਬ ਕਹਿੰਦੇ ਆ ਕਿ ਬੰਦੇਸ਼ਾ ਕਬੱਡੀ ਕਲੱਬ ਦਾ ਜਿਹੜਾ ਵੀ ਸੂਰਮਾ ਜੱਫਾ ਲਾਏਗਾ 2000 ਰੁਪਇਆ ਨੈਟ ਕੈਸ਼ ਇਨਸ਼ਾਲਾ ਸਿੱਕਾ ਰਾਜਲ ਵਕਤ ਇਨਾਮ ਦਿੱਤਾ ਜਾਏਗਾ ਇਸ ਵੇਲੇ ਚੌਰੀ ਆਸਮ ਨਦੀਮ ਚੀਮਾ ਸਾਹਿਬ ਵੀ ਪੂਰਾ ਸਵਾਲ ਲੈ ਰਹੇ ਆ ਵਾਹ ਨਹੀਂ ਰੀਸਾਂ ਤੁਹਾਡੀਆਂ ਚੌਰੀ ਆਤਫ ਢਿੱਲੋ ਸਾਹਿਬ ਔਰ ਉਹਨਾਂ ਦੇ ਨਾਲ ਨਾਲ ਮੈਂ ਵੇਖ ਰਿਹਾ ਚੌਰੀ ਸ਼ਬੀਰ ਹੁਸੈਨ ਗਿੱਲ ਸਾਹਿਬ ਜ਼ਿਲ੍ਹਾ ਪਿਹਾੜੀ ਕਬੱਡੀ ਪਈ ਹੋਈ ਆ ਚੌਰ ਇਸ ਵੇਲੇ ਵਸੀਮ ਕੰਬੋ ਦੀ ਪਾਕਿਸਤਾਨ ਏਅਰਫੋਰਸ ਨਾਲ ਮੁੰਡੇ ਦਾ ਤਲਕ ਆ ਨਦੀਮ ਕੰਬੋ ਦਾ ਛੋਟਾ ਵੀਰਾ ਉਧਰ ਜਾਫਰ ਸਰਾ ਨੇ ਜੱਫਾ ਲਾ ਦਿੱਤਾ ਜੀ ਸਾਡੇ ਮੋਹਤਰਮ ਜੀ ਜੀ ਵਾਏ ਹਾਏ ਹਾਏ ਗੁੱਟ ਫੜਿਆ ਭਰੇ ਗਿੱਧੇ ਵਿੱਚ ਫੜੀ ਜਿਸ ਮੇਰੀ ਬਾਹ ਹਜੇ ਤੱਕ ਕਰੇ ਸਾ ਸਾ ਬਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ ਇਹਦੇ ਨਾਲ 30 ਸਕਿੰਟਾਂ ਦਾ ਸਮਾਂ ਟੱਕ ਟੱਕ ਕਰਕੇ ਬੀਤ ਗਿਆ ਸਟੇਜ ਤੋਂ ਵੀ ਤਾੜੀ ਹਰ ਪਾਸੋਂ 28-28 ਬਰਾਬਰ ਉਹਨੂੰ ਕਸਮ ਲੱਗੇ ਅੱਲਾਹ ਕਰੇ ਉਹਨੂੰ ਖੁਰਕ ਪਵੇ ਸੁੱਤੇ ਪਿਆ ਜਿਹੜਾ ਤਾੜੀ ਨਾ ਮਾਰੇ ਤਾੜੀ ਮਾਰੇ ਬਰਾਬਰ ਇਨਾਮ ਜਾਫੀ ਆ ਗਏ ਇਨਾਮ ਲੈ ਜਾ ਸਟੇਜ ਤੋਂ ਬਈ ਲੱਖਾਂ ਰੁਪਈਆ ਦਾ ਇਨਾਮ ਆ ਤੇਰੇ ਵਾਸਤੇ ਆ ਜਾ ਸਟੇਜ ਤੋਂ ਇਨਾਮ ਲੈ ਜਾ ਤੈਯਬ ਸ਼ਹੀਦ ਗੁੱਜਰ ਛੋਟਾ ਜਿਹਾ ਕਰਦਾ ਨੌਜਵਾਨ ਦਾ ਗੋਰਾ ਲਸ਼ੋ ਰੰਗ ਆ ਚੱਲ ਜਵਾਨਾ ਆਏ ਹਾਏ ਹਾਏ ਦੇਖੋ ਕੀ ਬਣਦਾ ਸ਼ਹੀਦ ਪਹਿਲਵਾਨ ਵੱਡੇ ਜਹਾਂਗੀਰ ਦੇ ਜਿਹੜੇ ਮੈਚ ਰੈਫਰੀ ਨੇ ਉਹਨਾਂ ਦਾ ਇਸ਼ਾਰਾ ਪਾਕਿਸਤਾਨ ਦੇ ਵਿੱਚ ਚੱਲ ਪਏ ਕਲੀਮੁੱਲਾ ਜੱਟਾ ਪਾਹਾਂ ਸੋਹਣਿਆ ਕਬੱਡੀ ਵੇਖਦੇ ਆ ਚੌਰੀ ਬਲਾਲ ਜੱਟ ਬੰਦੇਸ਼ਾ ਸਾਹਿਬ ਅੱਜ ਕਹਿੰਦੇ ਜੱਟਾ ਨਾ ਮੁੰਡਾ ਪਰ ਮੂਰੇ ਅਤੀਕ ਪਾਵਾ ਇਸ ਮੁੰਡੇ ਨੇ ਵੀ ਪਾਕਿਸਤਾਨ ਦਾ ਕੋਈ ਰੇਡਰ ਨਹੀਂ ਛੱਡਿਆ ਪਰ ਕਲੀਮੁੱਲਾ ਜੱਟ ਪੁਆਇੰਟ ਲੈ ਗਿਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਗਿਆ ਸਟੇਜ ਦੇ ਉੱਤੇ ਇਨਸ਼ਾਅੱਲਾ ਜਿੰਨੇ ਵੀ ਸਾਡੇ ਮੁੱਖ ਮਹਿਮਾਨ ਪੂਰੇ ਇਨਾਮਾਤ ਦੇ ਰਹੇ ਆ ਚੱਲ ਵੀ ਮੁਹੰਮਦ ਅਰਫਾਨ ਪਾਹਾਂ ਗਬਰੂਆ ਕਬੱਡੀ ਕਹਿੰਦੇ ਕਿਹਦੇ ਪੱਟਾਂ ਵਿੱਚ ਆ ਕਿੰਨੀ ਕੁ ਜਾਨ ਜੀ ਕਿਹਦੇ ਨਾਂ ਦੀਆਂ ਤਾੜੀਆਂ ਤੋਂ ਗੂੰਜੂਗਾ ਮੈਦਾਨ ਜੀ ਉਹ ਕਹਿੰਦੇ ਅੱਜ ਮੈਦਾਨ ਵਿੱਚ ਹਨੇਰੀ ਵਾਂਗੂ ਵਗਣਾ ਉਹ ਖਾਧੀਆਂ ਖਰਾਕਾਂ ਦਾ ਸ਼ਬਾਜ ਇਲਿਆ ਅੱਜ ਇੱਥੇ ਪਤਾ ਲੱਗਣਾ ਆ ਦੇਖੋ ਅੱਜ ਪੁੱਤਰ ਲੱਗ ਜੂ ਪਤਾ ਪੁਆਇੰਟ ਅਰਫਾਨ ਨੇ ਜੋੜਿਆ ਆਪਣੀ ਟੀਮ ਦੇ ਖਾਤੇ ਚੌਰੀ ਸ਼ਬੀਰ ਸੋਤਾ ਸਾਹਿਬ ਇਨਸ਼ਾਅੱਲਾ ਉਹਨਾਂ ਵੱਲੋਂ ਵੀ ਵੱਡੇ ਇਨਾਮ ਦਿੱਤੇ ਜਾ ਰਹੇ ਆ ਚੱਲ ਵੀ ਅਰਸਲਾਨ ਬੱਟੂ ਪਾਹਾਂ ਸੋਹਣਿਆ ਕਬੱਡੀ ਲਓ ਜੀ ਮੁੰਡਾ ਕਹਿੰਦੇ ਹਾਫਿਜ਼ ਵਲੀਦ ਲੱਗਾ ਵਾਹ ਸ਼ੇਰਾ ਮੂਰੇ ਇਸ ਵੇਲੇ ਬੱਟੂ ਨੇ ਡੌਲਿਆਂ ਤੇ ਤਬੀਤ ਬੰਨਿਆ ਅੱਲਾ ਨਜ਼ਰੇ ਬਦ ਤੋਂ ਬਚਾਏ ਚੌਰੀ ਲਿਆਕਤ ਗਿੱਲ ਚੇਅਰਮੈਨ ਸਾਹਿਬ ਇਹ ਮੁੰਡਾ ਅਰਸਲਾਨ ਬੱਟੂ ਆ ਇਸ਼ਾਰੇ ਕਰਕੇ ਦੱਸਦਾ ਕਿ ਦੁੱਧ ਪੀਤਾ ਮੱਝਾਂ ਬੋਰੀਆਂ ਦਾ ਚੱਲ ਹਾਂ ਤੈਯਬ ਸਈਦ ਗੁੱਜਰ ਪੁੱਤਰਾ 5000 ਰੁਪਇਆ ਤੇਰੇ ਮੋਢੇ ਤੇ ਰੱਖ ਦਿੱਤਾ ਚੌਧਰੀ ਅਬਦੁਲ ਕਯੂਮ ਗੁੱਜਰ ਸਾਹਿਬ ਹੋਣਾ ਨੇ ਵੇਖਦੇ ਆ ਕਿਹੜਾ ਜਾਫੀ ਜੁਰਤ ਕਰਕੇ ਚੁੱਕਦਾ ਤਿੰਨ ਕਬੱਡੀਆਂ ਵਾ ਸਦਕੇ ਜਾਵਾਂ ਰਾਸ਼ਦ ਮਲਕ ਉਧਰ ਲੱਗ ਗਿਆ ਵਸੀਮ ਅਕਰਮ ਅਕਰਮ ਤੇ ਗੁੱਜਰ ਵਸੀਮ ਤੇ ਗੁੱਜਰ ਗੁੱਜਰ ਅਕਰਮ ਹਾਏ ਹਾਏ 30 ਸਕਿੰਟ ਦਾ ਸਮਾਂ 30 ਸਕਿੰਟ ਦਾ ਸਮਾਂ ਬੀਤਾ ਜਾ ਰਿਹਾ ਹਾਏ ਹਾਏ ਮਸੀਂ 500 ਨੂੰ ਹੱਥ ਪੈਣ ਲੱਗਾ ਸੀ ਉਹ ਵੀ ਹੱਥੋਂ ਛੁੱਟ ਗਿਆ ਆ ਤਾੜੀ ਮਾਰ ਦੋ 2 ਕੌਡੀਆਂ ਬਾਕੀ ਰਹਿ ਗਈਆਂ ਨੇ ਅਗਲੀ ਕੌਡੀ ਦੇ ਉੱਤੇ ਵਸੀਮ ਕੰਬੋ ਚੱਲ ਹਾਂ ਪੁੱਤਰਾ ਉੱਚਾ ਲੰਮਾ ਕੱਦ ਕਾਠ ਕਹਿੰਦੇ ਖਾਧੀਆਂ ਖਰਾਕਾਂ ਤਾਈਓ ਚਿਹਰਿਆਂ ਤੇ ਆਈਆਂ ਹੋਈਆਂ ਲਾਲੀਆਂ ਉੱਧਰ ਵੇਖੋ ਜ਼ੁਲਕਰ ਨੈਣ ਡੋਗਰ ਲੱਗਾ ਹਾਏ ਹਾਏ ਕਹਿੰਦੇ ਜਾਫੀ ਇੰਜ ਦਾ ਚੀੜਾ ਲੱਗਾ ਉਹ ਜਿਵੇਂ ਦੰਦ ਨੂੰ ਕੀੜਾ ਲੱਗਾ ਜੀ ਉਹ ਡੋਗਰਾ ਡੋਗਰਾ ਪੁੱਤਰਾ ਆ ਕੇ ਸਟੇਜ ਤੋਂ ਇਨਾਮ ਲੈ ਚੌਰੀ ਸ਼ਬੀਰ ਸੋਤਾ ਸਾਹਿਬ ਉਹਨਾਂ ਵੱਲੋਂ ਇਨਸ਼ਾਅੱਲਾ ਇਨਾਮਾਤ ਦਿੱਤੇ ਜਾਣਗੇ ਚੌਰੀ ਅਬਦੁਲ ਕਯੂਮ ਗੁੱਜਰ ਸਾਹਿਬ ਹੁਣ ਜੱਟ ਇੱਕ ਵਾਰੀ ਫੇਰ ਤਾੜੀ ਬਰਵਾ 31-31 ਪੁਆਇੰਟ ਬਰਾਬਰ ਲਾਜੀ 31-31 ਪੁਆਇੰਟ ਬਰਾਬਰ ਆ ਤੇ ਇੱਕ ਵਾਰ ਜਨਾਬ ਕਹਿੰਦੇ ਨਾਰਾ ਤੇ ਲਲਕਲਾ ਮਾਰ ਦਿਓ ਤਾੜੀ ਮਾਰ ਦਿਓ ਨਾਲ ਹੀ
चल हां सोनिया रफान आओ इधर आज राम लो इस तो पहला जने मुंडे ने रेड पाई जा जफा लाया जेदा भी पॉइंट होया स्टेज ते जोलकर मैन डोगर अपना इनाम पिले पट्टी कमेंटेटर को वसूल कर ले चल भी कलीम मुल्ला जट जट्टा दा पुत्र कहिंदे कबड्डी पा रिया देखदे आ किनु टच करदा एक कनी ते तीक पावा जाफर सबरा ते हाफे वली दा इस वेले राणा माजिद पूरा इंशाल्लाह खुश अपने इस क्लब दी परफॉर्मेंस तो सदके जावा पॉइंट बंदेशा कबड्डी क्लब दे खाते जुड़िया पॉइंट अकबर मक्खन दे सट दे खाते जुड़िया पॉइंट जरा चौरी शबाज अली बंदेशे दे क्लब दे खाते जुड़िया चल हां नौजवाना ओ पा कबड्डी शहद घोड़िया खेड़ मैदान दे विच पाकिस्तान आर्मी दा सूरमा लो हल्का टच ते पॉइंट जरा शहद घोड़े दे खाते जुड़िया पॉइंट इस नौजवान दे गबरू खाते जुड़िया चलो लियाकत गिल साहब कहिंदे कबड्डी हुंदी सी कदे कखां दी कखां तो पहुंची अज लखां ते लखां तो पहुंची हुण करोड़ां ते ओए अज ओ भी कबड्डी खेडण लग पे जिहड़े खड़दे सी मोड़ां ते जिहड़े खड़दे सी मोड़ां ते अरसलान पट्टू हाय 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 बिल्कुल ਸਟੇਜ ਤੇ ਆ ਪੁੱਤਰ ਬੱਟੂ ਆ ਜਾ ਅਬਦੁਲ ਵਹੀਦ ਇੰਜੀ ਹੋਈ ਆ ਕਹਿੰਦੇ ਨਾ ਕੋਈ ਡਿਗਰੀ ਨਾ ਕੋਈ ਡਿਪਲੋਮਾ ਨਾ ਕੋਈ ਈਲਟ ਦੀ ਤਿਆਰੀ ਕੌਡੀ ਖੇਡ ਲੈ ਮੁੰਡਿਆ ਟਿਕਟ ਮਿਲ ਜਾਉ ਕੈਨੇਡਾ ਵਾਲੀ ਟਿਕਟ ਮਿਲ ਜਾਉ ਕੈਨੇਡਾ ਵਾਲੀ ਚੱਲ ਵਈ ਚੱਲ 5000 ਦੀ ਕਬੱਡੀ ਆ ਆਏ ਵਸੀਮ ਅਕਰਮ 5000 ਦੀ ਕਬੱਡੀ ਆਏ ਹਾਏ ਹਾਏ ਬੱਟੂ ਇਧਰ ਵੀ ਮੇਰੇ ਵੱਲ ਵੀ ਆਉਣਾ ਇਧਰ ਇਧਰ ਚਾਰੀ ਆਬਾ ਚੀਮਾ ਸਾਹਿਬਣਾ ਵੱਲੋਂ ਵੀ ਆਪਣਾ ਇਨਾਮ ਵਸੂਲ ਕਰੋ ਇਨਸ਼ਾਅੱਲਾ ਚਾਰੀ ਅਬਦੁਲ ਕਯੂਮ ਗੁੱਜਰ ਸਾਹਿਬ ਚਾਰੀ ਸ਼ਬੀਰ ਹਸੈਨ ਔਰ ਜਨਾਬ ਨਾਲ ਨਾਲ ਚਾਰੀ ਆਬਾ ਚੀਮਾ ਸਾਹਿਬ 5-500 ਰੁਪਏ ਦੇ ਨਾਲ ਇਨਾਮਾ ਦੇ ਰਹੇ ਆ ਅੱਜ ਚਾਰੀ ਸ਼ਬਾਦ ਅਲੀ ਬੰਦੇਸ਼ੇ ਦਾ ਮੇਲਾ ਲੱਖਾਂ ਦਾ ਇਨਸ਼ਾਅੱਲਾ ਬਣ ਗਿਆ ਅੱਜ ਜਨਾਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਲੇਅਰਾਂ ਨੂੰ ਇਨਾਮਾ ਦਿੱਤੇ ਜਾ ਰਹੇ ਆ ਲਓ ਜੀ ਮੇਰਾ ਛੋਟਾ ਵੀਰ ਬਿੱਲਾ ਪੱਟੀ ਉਹ ਵੀ ਤਸ਼ਰੀਫ ਫਰਮਾ ਵਾ ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਦੇ ਹਵਾਲੇ ਕਰਦਾ ਕਬੱਡੀ ਦੀ ਫੌਜੀ ਚੱਲ ਫੌਜੀ ਦੀ ਪਈ ਹੋਈ ਰੇਡ ਇਹ ਪੁੱਤਰ ਹਟਾਂ ਤੇ ਨਹੀਂ ਵਿਕਦੇ ਕੀ ਲੱਭਦੀ ਫਿਰੇ ਬਾਜ਼ਾਰ ਕੁੜੇ ਇਹ ਸੌਦਾ ਨਕਦ ਵੀ ਨਹੀਂ ਮਿਲਦਾ ਤੂੰ ਲੱਭਦੀ ਫਿਰੇ ਉਧਾਰ ਕੁੜੇ ਮਲਕ ਰਾਸ਼ਦ ਨੇ ਪੱਟੀ ਹੋਈ ਖੋਚੇ ਕਹਿੰਦੇ ਖੁੱਚ ਪੱਟਣੀ ਨਾਲੇ ਲਾਣੀ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਆਂਦੇ ਸਾਰੇ ਖਾ ਕੇ ਖੁਰਾਕ ਮਿੱਤਰੋ ਸਾਰੇ ਖਾ ਕੇ ਖੁਰਾਕ ਮਿੱਤਰੋ ਇੱਕ ਵਾਰੀ ਰਾਸ਼ਦ ਮਲਕ ਦੇ ਨਾਂ ਦੀ ਤਾੜੀ ਹੋਣੀ ਚਾਹੀਦੀ ਹੈ ਜੀ ਆ ਜਾ ਸਟੇਜ ਤੇ ਰਾਸ਼ਦ ਮਲਕ ਸਟੇਜ ਤੇ ਆ ਜਾ ਵੀ ਨੌਜਵਾਨਾਂ ਇਨਾਮ ਰਾਸ਼ਦ ਮਲਕ ਹਾਂਜੀ ਨੌਜਵਾਨਾਂ ਬਾਦ ਸਾਹਿਬ ਵੱਲੋਂ ਚੌਧਰੀ ਆ ਜਾ ਵੀ ਆ ਜਾ ਬਿਲਕੁਲ ਇਨਾਮਾਂ ਦੀ ਬਰਸਾਤ ਅੱਜ ਜਹਾਂਗੀਰ ਵਾਲਿਆਂ ਨੇ ਕੌਡੀ ਦਾ ਹੱਕ ਅਦਾ ਕਰ ਦਿੱਤਾ ਚੌਧਰੀ ਨਾਲ ਬੰਦੇਸ਼ਾ ਸਾਹਿਬ ਇਧਰੋਂ ਜੀ ਇੱਕ ਸਾਇਰ ਤੋਂ ਸ਼ੁਰੂ ਕਰ ਦਿਓ ਬੜੀ ਹੋਈ ਖੂਬਸੂਰਤ ਪਈ ਹੋਈ ਕਬੱਡੀ ਜਾਫਰ ਆਏ ਹਾਏ 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 ਜੀ ਮੈਚ ਮੁੱਕਿਆ ਜੀ ਹਾਂਜੀ ਸਤਾਰ ਜੀ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਨੰਬਰ ਮੈਂ ਤੁਹਾਡਾ ਸ਼ੇਅਰ ਕਰਦਾ ਜਾਵਾਂ ਨੰਬਰ ਇੱਕ ਮਿੰਟ ਇੱਕ ਮਿੰਟ ਪੁਆਇੰਟ ਪੋਜੀਸ਼ਨ 35-35 ਬਰਾਬਰ 35 ਪੁਆਇੰਟ ਬੰਦੇਸ਼ਾ ਕਬੱਡੀ ਕਲੱਬ ਬਹੁਤ ਮਿਹਰਬਾਨੀ ਜੀ 35 ਪੁਆਇੰਟ ਲਓ ਜੀ ਅਗਰ ਕਬੱਡੀ ਚੰਗੀ ਲੱਗੀ ਤੇ ਇੱਕ ਵਾਰੀ ਬਾਤ ਜੀ ਬਹੁਤ ਸ਼ੁਕਰੀਆ ਤੈਯਬ ਸ਼ਾਹ ਗਿਲਾਨੀ ਸਾਹਿਬ ਹਾਂਜੀ ਇੱਕ ਵਾਰੀ ਫੇਰ ਆਖਰੀ 5-5 ਕਬੱਡੀਆਂ ਦਾ ਫੈਸਲਾ ਕੁੱਲ ਕਬੱਡੀਆਂ ਪੈਣ ਲੱਗੀਆਂ ਚੌਧਰੀ ਅਬਾਸ ਚੀਮਾ ਸਾਹਿਬ ਆਸਫ ਨਦੀਮ ਚੀਮਾ ਸਾਹਿਬ ਬਹੁਤ ਸ਼ੁਕਰੀਆ ਮੇਰੇ ਵਾਸਤੇ ਇਨਾਮ ਅਪੜਾਇਆ ਕਮੈਂਟਰੀ ਬਾਕਸ ਦੇ ਵਿੱਚ ਕਬੱਡੀ ਨਾਲ ਪਿਆਰ ਕੀਤਾ ਸਾਡੇ ਅੱਖਰਾਂ ਨਾਲ ਮੁਹੱਬਤ ਕੀਤੀ ਉਧਰ ਮੈਂ ਵੇਨਾ ਪਿਆ ਕਿ ਲਓ ਜੀ ਬੰਦੇਸ਼ਾ ਕਬੱਡੀ ਕਲੱਬ ਬਾ ਮੁਕਾਬਲਾ ਡਾਕਟਰ ਅਰਸ਼ਦ ਮੈਮੋਰੀਅਲ ਕਬੱਡੀ ਕਲੱਬ ਚੱਕ ਨੰਬਰ 257 ਰੇਬੇ ਛੋਟਾ ਜਹਾਂਗੀਰ ਬਹੁਤ ਸ਼ੁਕਰੀਆ ਸਰ ਫੈਸਲਾਬਾਦ ਸਾਹਿਬ ਬਹੁਤ ਸ਼ੁਕਰੀਆ ਚੌਧਰੀ ਬਲਾਲ ਅਹਿਮਦ ਬੰਦੇਸ਼ਾ ਸਾਹਿਬ ਮੇਰੇ ਵਾਸਤੇ ਕਮੈਂਟਰੀ ਬਾਕਸ ਦੇ ਵਿੱਚ 2000 ਰੁਪਇਆ ਪੜਾਇਆ ਬਹੁਤ ਸ਼ੁਕਰੀਆ ਲੈ ਵੇ ਚੱਲ ਪਾ ਕਬੱਡੀ ਕਲੀਮੁੱਲਾ ਜੱਟ ਉੱਚਾ ਲੰਬਾ ਨੌਜਵਾਨ ਚੱਲ ਪੋਤੀ ਜੱਟ ਦਾ ਤੇ ਜਾਂਦਾ ਹੀ ਮੈਦਾਨਾਂ 'ਚ ਧੂੜਾ ਪੜਦਾ ਜ਼ੁਲਕਰ ਨੈਣ ਡੋਗਰ ਇੱਕ ਪਾਸੇ ਜੱਟ ਤੇ ਇੱਕ ਪਾਸੇ ਡੋਗਰ ਵੇਖੋ ਕੌਣ ਵੱਧ ਕੇ ਲੱਗਦਾ ਅੱਜ ਈਲਾ ਵੱਧ ਕੇ ਲੱਗਦਾ ਹੈ ਹਾਏ 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 ਵੇਖੋ ਸ਼ਹੀਦ ਭਲਵਾਨ ਦਾ ਇਸ਼ਾਰਾ ਔਰ ਜਹਾਂਗੀਰ ਵਾਲਿਓ ਸਾਰਾ ਟੱਬਰ ਹੀ ਲੱਗ ਗਏ ਹੋ ਕੋਈ ਤਾਂ ਪਿਛਾ ਰਹਿਣ ਦਿਓ ਚੱਲ ਜਵਾਨਾ ਚੱਲ ਪਈ ਪਾਸ ਹੋਣਿਆ ਕਬੱਡੀ ਪੱਗਾ ਨਸ਼ੋ ਪਿੰਡਾ ਮੁੰਡੇ ਦਾ ਨਾਂ ਹੈ ਸ਼ਾਦਾ ਘੋੜਾ ਇੱਧਰ ਕਬੱਡੀ ਪਾਉਣ ਵਾਸਤੇ ਮੁਹੰਮਦ ਅਰਸਲਾਨ ਵੱਟੂ ਪਿੰਡ
ਪਿੱਠੇ ਵਿੱਚ ਕੌਡੀ ਹੈ ਤੇ ਪੈਰਾਂ ਵਿੱਚ ਫੁਰਤੀ ਪਈ ਦਲੇਰੀਆਂ ਦੀ ਦਿੱਤੀ ਹੁਣੀ ਮਾਂ ਇਹਨੂੰ ਗੁੜਤੀ ਸਦਕੇ ਜਾਵਾਂ ਅਰਸਲਾਨ ਵੱਟੂ ਅਗਲੀ ਕਬੱਡੀ ਪਾਉਣ ਵਾਸਤੇ ਸਹੀਦ ਗੁੱਜਰ ਵਾਲਾ ਸਿੰਘੀਏ ਦਾ ਸ਼ੇਰ ਬੱਬਰ ਸ਼ੇਰ ਪਿਓ ਦਾ ਸ਼ੇਰ ਪੁੱਤਰ ਨਾਂ ਹੈ ਤੈਯਬ ਸਹੀਦ ਗੁੱਜਰ ਅੱਗੇ ਚਾਰ ਜਾਫੀ ਉਹ ਮੁੰਡੇ ਨੇ ਟਰਾਈ ਕੀਤੀ ਹੈ 5000 ਰੁਪਇਆ ਇਨਾਮ ਹੈ ਕਬੱਡੀ ਦੇ ਉੱਪਰ ਤੈਯਬ ਸਹੀਦ ਜਾਫੀ ਵਸੀਮ ਅਕਰਮ ਬਗਲਾ ਭਰਨੀਆਂ ਨਾਲ ਨਾਲ ਤੁਰ ਪਿਆ ਹੈ ਸਾਜ ਜੀ ਕੌਡੀ ਪੂਰੀ ਹੋ ਜਾਂਦੇ ਇੱਧਰ ਆ ਸ਼ੇਰਾ ਤੈਨੂੰ 5000 ਰੁਪਇਆ ਚੌਧਰੀ ਕਿਉਂ ਗੁੱਜਰ ਸਾਹਿਬ ਵੱਲੋਂ ਇਸ ਨੌਜਵਾਨ ਵਾਸਤੇ 5000 ਰੁਪਇਆ ਤਾੜੀਆਂ ਮਾਰੋ ਮੁੰਡੇ ਦੀਆਂ ਕਰੇ ਚੌਧਰੀ ਅਬਦੁਲ ਕਯੂਮ ਉਸਤਾਦ ਜੀ 5000 ਰੁਪਇਆ ਮੁੰਡੇ ਵਾਸਤੇ ਜਾਦਾ ਚੌਧਰੀ ਕਯੂਮ ਗੁੱਜਰ ਸਾਹਿਬ ਵੈਲ ਡਨ ਮੇਰੇ ਦੀਗਰ ਮਿੱਤਰ ਅਬਾਸ ਚੀਮਾ ਸਾਹਿਬ ਦੇ ਕੋਲ ਵੀ ਇਨਾਮ ਹੋਏਗਾ ਆਸਿਫ ਨਦੀਮ ਚੀਮਾ ਸਾਹਿਬ ਦਾ ਵੀ ਦਿਲ ਕਰਨ ਡਿਆ ਕਿ ਮੁੰਡੇ ਨੂੰ ਇਨਾਮ ਦੇ ਦਈਏ ਗਵਾਂਢੀ ਪਿੰਡ ਹੈ ਸਦਕੇ ਜਾਵਾਂ ਇਧਰੋਂ ਮਿਲਿਆ ਤੈਯਬ ਸਹੀਦ ਆਹ ਕੀ ਹੋ ਗਿਆ ਉਧਰ ਕੀ ਕਰਨ ਡੇ ਮੁੰਡੇ ਉਧਰ ਪਟਾਕੇ ਪੈਣ ਡੇ ਤੈਯਬ ਇਧਰ ਆਈ ਆਹ ਕਲੀਮੁੱਲਾ ਜੱਟ ਆਹ ਤੀਕ ਪਾਵਾ ਡਾਕਟਰ ਅਰਸ਼ਦ ਦਾ ਸ਼ੇਰ ਔਰ ਰਾਣੇ ਮੱਝ ਦੇ ਚੀਤੇ ਦਾ ਨੰਬਰ ਜੀ ਬੱਲੇ 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 ਜੱਫਾ ਵੱਡਾ ਹੀ ਮਾਰ ਗਿਆ ਮੁੰਡਾ ਭਾਵੇਂ ਤੂੰ ਵੀ ਸਟੇਜ ਤੋਂ ਇਨਾਮ ਲੈ ਜਾ ਹਾਲ ਬਾਜਿਆ ਮੈਨੂੰ ਦੱਸ ਦੇ ਇਨਾਮ ਫਿਰ ਤੋਂ ਪਹਿਲਾਂ ਅਰਫਾਨ ਫੌਜੀ ਚੱਲ ਜਵਾਨਾ ਪਾ ਕਬੱਡੀ ਚਾਰ ਜਾਪੀ ਇੱਕ ਕੱਲੀ ਤੇ ਨਵਾਜ਼ ਮਾਜੂ ਤੇ ਦੂਸਰੀ ਤੇ ਆਏ ਹੈ ਦਰਮਿਆਨ ਚੋਂ ਨਿਕਲਿਆ ਮਲਕ ਰਾਸ਼ਦ ਗੁੱਟ ਫੜਿਆ ਮਾਰੀ ਹੋਈ ਕੈਂਚੀ ਤੇ ਲੱਗਦੇ ਹੋਏ ਜੱਫੇ ਜੀ ਜਵਾਨਾ ਜੀ ਆਏ ਹਾਏ 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 ਆਏ ਗੱਲਾਂ ਕਰਦੀਆਂ ਸੌਖੀਆਂ ਤੇ ਔਖੇ ਪਾਲਣ ਬੋਲ ਮੈਂ ਹਾਣਾ ਪਾਣੀ ਆ ਰੱਬ ਦਾ ਤੂੰ ਘੋੜੀ ਅਗਾਂ ਨੂੰ ਟੋਰ ਤੂੰ ਘੋੜੀ ਅਗਾਂ ਨੂੰ ਟੋਰ ਵੈਲ ਡਨ ਜੀ ਆ ਮਲਕ ਰਾਸ਼ਦ ਆ ਜਾਓ ਸਟੇਜ ਤੋਂ ਇੱਧਰ ਆ ਰਾਸ਼ਦ ਮਲਕ ਤੇਰੇ ਵਾਸਤੇ ਇਨਾਮਾਤ ਦੀਆਂ ਬਾਦਸ਼ਾਹ ਸਟੇਜ ਦੇ ਉੱਪਰ ਆ ਜਾ ਕਬੱਡੀ ਪਾਉਣ ਵਾਸਤੇ ਅਰਸਲਾਨ ਵੱਟੂ ਇੱਕ ਵਾਰੀ ਫੇਰ ਟੁਰ ਪਿਆ ਨੌਜਵਾਨ ਕਬੱਡੀ ਦੇ ਉੱਪਰ ਪੈਰਾਂ ਦਾ ਛੋਲਾ ਜਾਂਦੇ ਰੈਫਰੀ ਸਾਹਿਬ ਇਹ ਗਾਮੀ ਉਸਤਾਦ ਗਾਮੀ ਕੀ ਮਸਲਾ ਹੈ ਛੋੜੋ ਇਸੇ ਛੋੜੋ ਨੰਬਰ ਵੱਟੂ ਦਾ ਨੰਬਰ ਵੱਟੂ ਦਾ ਧੱਕਾ ਹੀ ਕਰਨਾ ਪੈਣ ਡਿਆ ਫਿਰ ਇਹਨਾਂ ਦੇ ਬੂਟਾ ਗਾਲਾਂ ਕੱਢਦਾ ਸਦਕੇ ਜੀ ਚੱਲ ਪਈ ਸੋਹਣਿਆ ਪਾ ਕਬੱਡੀ ਕਬੱਡੀ ਪਾਉਣ ਵਾਸਤੇ ਸ਼ਾਦਾ ਘੋੜਾ ਜ਼ਿੱਦ ਕਰਦਾ ਏ ਨਾ ਨਹੀਂ ਸੁਣਦਾ ਪਈ ਸੋਹਣਾ ਹੈ ਨਾ ਨਾਸਰ ਜੋਤਾ ਸਾਹਿਬ ਤਾਂ ਨਹੀਂ ਸੁਣਦਾ ਤੇ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਦੋ ਲਫ਼ਜ਼ਾਂ ਤੋਂ ਗਾਹ ਨਹੀਂ ਸੁਣਦਾ ਚੌਧਰੀ ਬਲਾਲ ਅਹਿਮਦ ਬੰਦੇਸ਼ਾ ਸਾਹਿਬ ਬੰਦੇਸ਼ਾ ਕਬੱਡੀ ਕਲੱਬ ਦੇ ਆਨਰ ਮੇਰੀ ਸਟੇਜ ਦੇ ਉੱਪਰ ਨੇ ਨਜ਼ਾਰਾ ਕਰਨ ਦੇ ਮੁੰਡੇ ਨੇ ਗਾਹ ਵੱਧ ਕੇ ਮੈਂ ਜਵਾਦ ਜੱਟ ਨੇ ਗੁੱਟ ਫੜਨ ਦੀ ਟਰਾਈ ਕੀਤੀ ਮੁੰਡੇ ਦਾ ਰੰਗ ਪੱਗਾ ਜੱਟ ਦੇ ਧੱਕੇ ਉਹ ਵੇਖੋ ਸ਼ਾਦਾ ਘੋੜਾ ਹਾਏ ਬਗੈਰ ਸਾਜ ਤੋਂ ਹੀ ਘੋੜਾ ਜੋੜ ਲਿਆ ਨਹੀਂ ਬਣਿਆ ਕੰਮ ਨੰਬਰ ਰੇਡਰ ਦਾ ਨੰਬਰ ਘੋੜੇ ਦਾ ਜ਼ਿੰਦਾਬਾਦ ਚੌਧਰੀ ਜਹਬ ਜਹਲ ਪੰਡਾਲ ਸਾਹਿਬ ਕਬੱਡੀ ਵੇਖ ਕੇ ਜਨਾਬ ਬੂਟਾ ਤਾਹਰ ਜੀ ਕਬੱਡੀ ਵੇਖ ਕੇ ਚੌਧਰੀ ਮੁਬਸ਼ਰ ਖੋਖਰ ਸਾਹਿਬ ਕਬੱਡੀ ਵੇਖਿਓ ਕਲੀਮੁੱਲਾ ਜੱਟ ਅਤੀਕ ਪਾਵਾ ਇੱਕ ਵਾਰੀ ਫੇਰ ਲਾਹੌਰ ਵਾਲਾ ਸ਼ੇਰ ਇੱਕ ਵਾਰੀ ਫੇਰ ਰਾਣੇ ਮਾਜਦ ਦਾ ਚੀਤਾ ਪਰ ਉਹ ਵੇਖ ਲਾ ਰਾਣਾ ਸਹੀਦ ਜਿੱਤ ਗਿਆ ਉਹ ਜਿੱਤ ਗਿਆ ਰਾਣੇ ਸਹੀਦ ਦਾ ਬੱਬਰ ਸ਼ੇਰ ਨਵਾਜ਼ ਸ਼ਬਾਦ ਅਲੀ ਬੰਦੇਸ਼ੇ ਦੇ ਚੀਤੇ ਦਾ ਨੰਬਰ ਨੰਬਰ ਇੱਕ ਵਾਰੀ ਫੇਰ ਕਲੀਮੁੱਲਾ ਜੱਟ ਦਾ ਇਹ ਜੱਟ ਦੇ ਇਨਾਮ ਬਣਦੇ ਜਿੱਦੀਆਂ ਵੱਡੀਆਂ ਕੌਡੀਆਂ ਪਾ ਗਿਆ ਅੱਜ ਚੱਲ ਪਈ ਸੋਹਣਿਆ ਪਾ ਕਬੱਡੀ ਅਗਲੀ ਕਬੱਡੀ ਪਾਉਣ ਵਾਸਤੇ ਤੈਯਬ ਸਹੀਦ ਗੁੱਜਰ ਇੱਕ ਵਾਰੀ ਫੇਰ ਕਬੱਡੀ ਦੇ ਉੱਪਰ ਹਾਏ ਪੱਥਰਾਂ ਚੋਂ ਮੋਤੀ ਰੋਲਦਾ ਤੂੰ ਜਦ ਵੀ ਬੋਲੀ ਬੋਲਦਾ ਔਰ ਰਾਸ਼ਦ ਮਲਕ ਔ ਜੂੜ ਵੱਜਿਆ ਉਹ ਗੁਟਾਏ ਤੇਰੇ ਹੱਥ ਵਿੱਚ ਬਾਹ ਕਿਵੇਂ ਦੇਵਾਂ